ਸਾਧ ਸੰਗਤ ਜੀ, ਮੈਂ ਹਰਵਿੰਦਰ ਸਿੰਘ ਮੱਤੇਵਾਲ ਤੋਂ, ਜ਼ਿਲ੍ਹਾ ਅੰਮ੍ਰਿਤਸਰ ਤੋਂ। ਇਹ ਪਤਾ ਨਹੀਂ ਕਿ ਕੀ ਚੱਲ ਰਿਹਾ, ਕੀ ਪੋਲੀਟੀਸ਼ੀਅਨ ਚੱਲੀ ਗਏ, ਕੀ ਚੱਲ ਰਿਹਾ ਹੈ। ਆ ਬਾਕੀ ਤਾਂ ਤੁਸੀਂ ਸਾਰਾ ਸੁਣ ਹੀ ਲਿਆ, ਅਤੇ ਮੈਂ ਵੀ ਇੱਕ ਚੀਜ਼ ਨੋਟ ਕੀਤੀ ਆ, ਬੱਸ 'ਚ ਜਦੋਂ ਅਸੀਂ ਆ ਰਹੇ ਹਾਂ 29/4/2020 12 ਵਜੇ ਦੁਪਹਿਰ, ਪੰਜਾਬ ਦੇ ਵਿੱਚ ਵੜਦਿਆਂ ਸਾਰ ਹੀ ਸੰਤਾਂ ਦੇ ਪੋਸਟਰ ਲਵਾਏ ਗਏ, ਸੰਤ ਬਾਬਾ ਬਲਵਿੰਦਰ ਸਿੰਘ ਦੇ, ਸੰਤ ਬਾਬਾ ਨਰਿੰਦਰ ਸਿੰਘ ਜੀ ਜਿਹੜੇ ਗੱਡੀਆਂ ਦੇ ਪੋਸਟਰ ਲੱਗੇ ਨੇ, ਉਹ ਡਰਾਈਵਰਾਂ ਕੋਲ ਲਵਾਏ ਗਏ ਨੇ। ਅਤੇ ਅਸੀਂ ਉਹਨਾਂ ਨੂੰ ਪੁੱਛਿਆ ਵੀ ਇਹ ਕਿਹੜੀ ਕੋਲੋਂ ਲਵਾਏ ਆ, ਉਹਨਾਂ ਨੇ ਕਿਹਾ ਵੀ ਇਹ ਸਾਨੂੰ ਉੱਪਰੋਂ ਕੋਈ ਆਰਡਰ ਆਏ ਆ, ਅਤੇ ਉਹਨਾਂ ਨੂੰ ਲਾ ਕੇ ਤਾਂ ਸੁੱਟ ਦਿੱਤਾ ਗਿਆ। ਇਹ ਕੀ ਚੱਲ ਰਿਹਾ ਸਾਨੂੰ ਪਤਾ ਨਹੀਂ, ਕੀ ਚੱਲ ਰਿਹਾ, ਕੀ ਹੈ, ਕੀ ਹੋ ਰਿਹਾ ਜੀ, ਇਹਦਾ ਜਵਾਬ ਦਿੱਤਾ ਜਾਣਾ ਚਾਹੀਦਾ। ਇਹ ਉਹ ਅਫਸਰ, ਉਹ ਚੀਜ਼, ਉਹ ਮਹਿਕਮਾ ਸਾਹਮਣੇ ਆਉਣਾ ਚਾਹੀਦਾ, ਉਹ ਚੀਜ਼ ਸਾਹਮਣੇ ਆਉਣੀ ਚਾਹੀਦੀ ਆ ਵੀ ਇਹ ਕੀ ਚੱਲ ਰਿਹਾ ਪੰਜਾਬ ਦੇ ਵਿੱਚ। ਵੜਦਿਆਂ ਸਾਰੀ ਉਹਨਾਂ ਦੇ ਪੋਸਟਰ ਲਾ ਦਿੱਤੇ ਗਏ, ਜੇ ਲਾਉਣੇ ਸੀ ਉੱਥੇ ਵੀ ਲਾ ਦਿੰਦੇ, ਉਹਨਾਂ ਦੇ ਸਾਹਮਣੇ ਲਾ ਦਿੰਦੇ, ਉਦੋਂ ਨਾ ਲਵਾਉਂਦੇ, ਕਿਸੇ ਨਾਲ ਗੰਦੇ ਪਾਣੀ ਦੇ ਵਿੱਚ ਸੁੱਟੇ। ਬਾਕੀ ਕੋਈ ਨਹੀਂ ਆ ਜੀ, ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆ ਜੀ, ਸਾਰਾ ਵਧੀਆ ਸਿਸਟਮ ਆ ਜੀ। ਇੱਥੇ ਟੈਸਟ ਹੋ ਰਿਹਾ ਸਾਰਿਆਂ ਦੇ, 70 ਬੰਦਿਆਂ ਦੇ ਅੱਜ ਟੈਸਟ ਹੋਇਆ, ਬਾਕੀਆਂ ਦੇ ਕੁਝ ਦੇ ਕੱਲ ਹੋਣਗੇ ਜੀ। ਤੇ ਜੇ ਤੁਹਾਡਾ ਮਤਲਬ ਕੋਈ ਰਿਲੇਟਿਵ ਇੱਥੇ ਤੁਹਾਡੇ ਸੈਂਟਰਾਂ ਦੇ ਵਿੱਚ ਹੈਗਾ ਵਾ, ਉਹਨਾਂ ਨਾਲ ਫੋਨ ਤੇ ਗੱਲ ਕਰੋ, ਉਹਨਾਂ ਨੂੰ ਸਾਰਾ ਕੁਝ ਸੱਚ ਪੁੱਛੋ। ਮੀਡੀਆ ਦੀ ਗੱਲ ਤੇ ਕੋਈ ਯਕੀਨ ਨਾ ਕਰੇ, ਮੀਡੀਆ ਬਿਲਕੁਲ ਝੂਠ ਬੋਲ ਰਿਹਾ ਜੀ। ਸਵੇਰੇ ਆ ਜਿਹੜੀ ਵੀਡੀਓ ਇਹਨਾਂ ਨੇ ਹੁਣ ਬਣਾਈ ਆ ਬੱਸਾਂ ਦੀ, ਉੱਥੇ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਸੰਗਤ ਉਤਰੀ ਆ, ਤੇ ਇਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ, ਕਿਸੇ ਨੇ ਆ ਕੇ ਇਹਨਾਂ ਦੀ ਗੱਲ ਨਹੀਂ ਸੁਣੀ। ਜਿਹੜੀ ਗੱਲ ਇਹਨਾਂ ਨੂੰ ਕਹਿਣੀ ਚਾਹੀਦੀ ਉਹ ਇਹਨਾਂ ਨੇ ਕੀਤੀ ਨਹੀਂ, ਤੇ ਆ ਮਰਿਆਂ ਦੀ ਆ ਨੈਗੇਟਿਵ ਦੀ ਆ ਪੋਜ਼ਿਟਿਵ ਦੀ ਇਹ ਗੱਲਾਂ ਇਹ ਕਰ ਰਹੇ ਆ। ਅਸੀਂ ਇਹਨੂੰ ਜਦੋਂ ਉਹਨੇ ਆ ਕੇ ਇਕੱਲੇ ਇਕੱਲੇ ਬੰਦੇ ਨੂੰ ਪੁੱਛਿਆ ਵਾ, ਉਹਨੇ ਪੱਤਰਕਾਰ ਨੇ, ਅਸੀਂ ਉਹਨੂੰ ਇਹੋ ਹੀ ਕਿਹਾ ਵੀ ਅਸੀਂ 2 ਘੰਟੇ ਦੇ ਇੱਥੇ ਖੜੇ ਹਾਂ, ਸਾਡੇ ਲਾਗੇ ਕੋਈ ਜ਼ਿੰਮੇਵਾਰ ਬੰਦਾ ਨਹੀਂ ਅੱਜ ਤੱਕ ਪਹੁੰਚਿਆ। ਤਰਨ ਤਾਰਨ ਵੀ ਸਾਨੂੰ ਜਦੋਂ ਉਹਨਾਂ ਨੂੰ ਸਾਡੇ ਨਾਲ ਦੀਆਂ ਯਾਤਰੂਆਂ ਨੂੰ ਲਾਇਆ ਗਿਆ ਵਾ ਉੱਥੇ ਸੈਂਟਰ ਦੇ ਵਿੱਚ, ਉਦੋਂ ਵੀ ਕੋਈ ਉੱਥੇ ਜ਼ਿੰਮੇਵਾਰ ਬੰਦਾ ਨਹੀਂ ਹੈਗਾ ਜੀ। ਉਹਨਾਂ ਨੂੰ ਬੜੀ ਦੂਰ ਦੂਰ ਤੋਂ ਚੈੱਕਅਪ ਕਰਕੇ, ਦੂਰ ਦੂਰ ਤੋਂ ਫੋਟੋ ਖਿੱਚ ਕੇ ਉਹਨੂੰ ਅੰਦਰ ਵਾੜਿਆ ਗਿਆ। ਮਤਲਬ ਇੰਨਾ ਡਰਾਇਆ ਗਿਆ ਪੰਜਾਬ ਦੀ ਜਨਤਾ ਨੂੰ, ਯਾਤਰੂਆਂ ਤੋਂ, ਸ਼ਰਧਾਲੂਆਂ ਤੋਂ ਵੀ। ਸਾਨੂੰ ਹਜ਼ੂਰ ਸਾਹਿਬ ਤੋਂ ਹੀ ਪੱਕਾ ਕਨਫਰਮ ਇਹਨਾਂ ਨੇ ਕਰਤਾ ਵੀ ਇਹ ਕੋਰੋਨਾ ਦੇ ਮਰੀਜ਼ ਆ। ਅਜੇ ਕੋਈ ਕਿਸੇ ਦਾ ਟੈਸਟ ਨਹੀਂ ਹੋਇਆ, ਕੋਈ ਕਿਸੇ ਨੂੰ ਪੁੱਛਿਆ ਨਹੀਂ ਗਿਆ, ਪਹਿਲਾਂ ਹੀ ਸਾਰਿਆਂ ਨੂੰ ਇਹ ਆਪਣਾ ਫੈਸਲਾ ਸੁਣਾ ਦਿੱਤਾ ਮੀਡੀਆ ਨੇ ਵੀ ਇਹ ਸਾਰੇ ਕੋਰੋਨਾ ਦੇ ਮਰੀਜ਼ ਆ। ਜਿੰਨਾ ਚਿਰ ਕਿਸੇ ਦੀ ਰਿਪੋਰਟ ਨਹੀਂ ਆਉਂਦੀ ਉਨਾ ਚਿਰ ਇਹਨਾਂ ਨੂੰ ਇਹੋ ਜਿਹੀ ਖਬਰ ਨਹੀਂ ਦੇਣੀ ਚਾਹੀਦੀ। ਜੇ ਕੋਈ ਖਬਰ ਦੇਣੀ ਆ ਤੇ ਸੈਂਟਰ ਦੇ ਵਿੱਚ ਆਉਣ, ਸੰਗਤ ਨੂੰ ਆ ਕੇ ਪੁੱਛਣ, ਕੋਈ ਤੰਗੀ ਤਾਂ ਨਹੀਂ ਕੋਈ ਮਿਲਿਆ, ਇਹ ਚੀਜ਼ਾਂ ਇਹਨਾਂ ਨੂੰ ਪੁੱਛਣੀਆਂ ਚਾਹੀਦੀਆਂ। ਕੋਈ ਕਮੇਟੀ, ਕੋਈ ਕਾਰ ਸੇਵਾ, ਇੱਕ ਬਾਬੇ ਬਲਵਿੰਦਰ ਸੋਹਣਾ ਦੀ ਬਹੁਤ ਚੜ੍ਹਦੀ ਕਲਾ ਰਵੇ ਜੀ, ਉਹਨਾਂ ਦੀ ਸਾਰੀ ਉਮਰ ਮਹਾਰਾਜ ਉਹਨਾਂ ਨੂੰ ਚੰਗੀ ਸਹੀ ਰੱਖਣ ਜੀ। ਉਹਨਾਂ ਤੋਂ ਬਿਨਾਂ ਕੋਈ ਨਹੀਂ ਜੀ ਸਾਡੇ ਕੋਲ ਪਹੁੰਚਿਆ, ਨਾ ਕਿਸੇ ਨੇ ਸਾਡੀ ਬਾਂਹ ਪੜੀ। ਅਸੀਂ ਬਸ ਆਪਣੇ ਹਿਸਾਬ ਨਾਲ ਜੋ ਸਾਨੂੰ ਦਈ ਜਾਂਦਾ ਪ੍ਰਸ਼ਾਸਨ, ਉਸ ਹਿਸਾਬ ਨਾਲ ਚੱਲ ਰਿਹਾ ਜੀ। ਇੱਥੇ ਵੀ ਸਾਰਾ ਕੁਝ ਵਧੀਆ, ਕੋਈ ਗਲਤ ਨਹੀਂ ਹੋ ਰਿਹਾ ਸਾਡੇ ਨਾਲ ਜੀ, ਸਾਰਾ ਕੁਝ ਮਿਲ ਰਿਹਾ। ਬਸ ਆ ਜਿਹੜੀਆਂ ਰਿਪੋਰਟਾਂ 'ਚ ਪਹੁੰਚਣੀਆਂ ਸੰਗਤ ਦੇ ਤੱਕ ਟੀਵੀ ਦੇ ਵਿੱਚ, ਇਹ ਗਲਤ ਆ ਜੀ, ਕੋਈ ਇਹਦੇ ਉੱਤੇ ਯਕੀਨ ਨਾ ਕਰੇ, ਬਿਲਕੁਲ ਸਰਾਸਰ ਗਲਤ ਆ ਜੀ। ਇਹ ਸਾਰੇ ਸਹੀ ਆ, ਸਾਰੇ ਸਿੰਘ ਚੜ੍ਹਦੀ ਕਲਾ 'ਚ ਸਭ ਸਾਰੇ। ਵੇਖੋ ਜੀ ਤੁਸੀਂ ਇਕੱਲੇ ਇਕੱਲੇ ਸੈਂਟਰ ਦੀ ਤੁਹਾਡੇ ਕੋਲ ਅੱਜ ਵੀਡੀਓ ਆ ਜਾਊਗਾ ਆਪਣੇ ਆਪ ਹੀ, ਕਿਸੇ ਦੀ ਗੱਲ 'ਤੇ ਯਕੀਨ ਨਾ ਕਰੋ ਜੀ। ਜੋ ਬਾਬਿਆਂ ਨੇ ਕਿਹਾ ਅੱਜ ਵੀਡੀਓ ਲਾਈਵ ਹੋ ਕੇ ਪਾਈ, ਉਹ ਬਾਬਿਆਂ ਨੂੰ ਪਾਉਣ ਦੀ ਲੋੜ ਨਹੀਂ, ਬਸ ਆਹ ਰਾਜਨੀਤੀ ਜਿਹੜੀ ਹੋ ਰਹੀ ਹੈ ਇਹਦਾ ਕਰਕੇ ਉਹਨਾਂ ਨੂੰ ਪਾਉਣੀ ਪਈ। ਬਾਬੇ ਬਿਲਕੁਲ ਸਹੀ ਕਹਿ ਰਿਹਾ ਜੀ, 4-4 ਵਾਰੀ 3-3 ਵਾਰੀ 4-4 ਵਾਰੀ ਇਕੱਲੇ ਇਕੱਲੇ ਦੇ ਰੂਮ 'ਚ ਜਾ ਕੇ ਟੈਸਟ ਹੋਇਆ ਸਾਰਿਆਂ ਦੇ, ਚੜ੍ਹਨ ਲੱਗਿਆ ਵੀ ਸਾਰਿਆਂ ਦੇ ਟੈਸਟ ਹੋਇਆ। ਜਦੋਂ ਸੱਚਖੰਡ ਮੱਥਾ ਟੇਕਣ ਜਾਈਦਾ ਜੀ, ਉਦੋਂ ਵੀ ਹਰ ਇੱਕ ਬੰਦੇ ਦਾ ਟੈਸਟ ਹੁੰਦਾ ਜੀ, ਹਰ ਇੱਕ ਚੀਜ਼ ਦੀ ਉੱਥੇ ਧਿਆਨ ਰੱਖਿਆ ਗਿਆ, ਇਹੋ ਜੀ ਕੋਈ ਗੱਲ ਨਹੀਂ ਆ। ਬਾਕੀ ਜੋ ਇਹ ਮੀਡੀਆ ਕਹਿ ਰਿਹਾ, ਮੀਡੀਆ 'ਤੇ ਬਿਲਕੁਲ ਕੋਈ ਬੰਦਾ ਯਕੀਨ ਨਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।